ਬਟਾਲਾ ਦੇ ਕਸਬਾ ਕਾਲਾ ਫਗਾਨਾ ਵਿਖੇ ਚੋਰਾਂ ਵੱਲੋਂ ਬੀਤੀ ਰਾਤ ATM ਦੀ ਮਸ਼ੀਨ 'ਚੋਂ 7,24,000 ਰੁਪਏ ਚੋਰੀ ਕਰਨ ਦੀ ਘਟਨਾ ਵਾਪਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ HDFC ਬੈਂਕ ਦੇ ਮੈਨੇਜਰ ਅਜੇ ਪੁਰੀ ਨੇ ਦੱਸਿਆ ਹੈ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬੈਂਕ ਦੀ ਬ੍ਰਾਂਚ ਦਾ ਪਿਛਲਾ ਦਰਵਾਜ਼ਾ ਤੋੜਿਆ ਅਤੇ ਫਿਰ ATM ਮਸ਼ੀਨ ਦਾ ਤਾਲਾ ਤੋੜ ਕੇ ਉਸ 'ਚੋਂ 7,24,900 ਰੁਪਏ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਾਲਾ ਫਗਾਨਾ ਦੇ SHO ਸੁਖਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਬੈਂਕ ਮੈਨੇਜਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਵਾਕਿਆ ਦੇਖੋ ਜੀ, 9 ਵਜੇ ਇਹਨਾਂ ਨੇ ਬੈਂਕ ਖੋਲ੍ਹਿਆ, ਫਿਰ 9 ਵਜੇ ਮੈਨੂੰ ਵੀ ਫੋਨ ਕੀਤਾ ਵਾ, ਮੈਂ ਵੀ ਮੌਕੇ 'ਤੇ ਆਣ ਕੇ ਦੇਖਿਆ ਵਾ, ਕਹਿੰਦੇ ਵੀ ਸਾਡਾ ਲੌਕ ਟੁੱਟਾ ਵਾ ਅਤੇ ਨਾਲ ਹੀ ਜਿਹੜਾ ਅੰਦਰਲਾ ਦਰਵਾਜ਼ਾ ਟੁੱਟਿਆ ਅਤੇ ਜਿਹੜੀ ਸਰਵਰ ਰੂਮ ਆ ਜਿੱਥੇ ATM ਲੱਗਾ ਵਾ ਉਹ ਵੀ ਉਹਦਾ ਲੌਕ ਟੁੱਟਾ ਸੀ ਅਤੇ ਉਹਦੇ ਵਿੱਚੋਂ ATM ਤੋੜ ਕੇ ਵਿੱਚੋਂ ਪੈਸੇ ਜਿਹੜੇ ਗਏ ਆ। ਇਹਨਾਂ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ, ਜਿਹਦੀ ਤਫਤੀਸ਼ 40,000 ਇਹਦੀ ਵਿਭਾਗ ਤੱਕ ਪਹੁੰਚ ਕੇ ਦੱਸਿਆ ਜਾਊਗਾ ਵੀ ਰਕਮ ਜੀ 7,24,900 ਰੁਪਈਆ ਗਿਆ ਵਾ। ਅਜੇ ਪੂਰੀ ਬੇਦ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਵਾ ਅਤੇ ਤਫਤੀਸ਼ ਦੀ ਜਾਰੀ ਡੂੰਘਾਈ ਤੱਕ ਪਹੁੰਚ ਕੇ ਬਾਲਾ ਤਰਫ ਨੂੰ ਦੱਸਿਆ ਜਾਊਗਾ। ਬਟਾਲਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੂਡੇ।